ਕਿੱਥੋਂ ਕਮਾਣਾ ਨੇ? ਘਰ ਛੱਡਿਆ ਹਕੂਮਤ ਨੇ, ਉਹ ਪੁਰਾਣਾ ਹੀ ਠੀਕ। ਅਬ ਤੋ ਸੁਬਹ ਸੇ ਦੁਕਾਨੇ ਖੋਲਤੇ ਹੈ, 6-6 ਵਜੇ ਤੱਕ ਬਿਸਮਿਲ੍ਲਾ ਨਹੀਂ ਹੋਤੀ। 5 ਸਾਲ ਹੈ ਪੂਰਾ ਕਰਨੇ ਦੇ, ਫਿਰ ਕੁਛ ਨਾ ਕੁਛ ਤੋਂ ਸਾਹਮਣੇ ਆਏਗਾ। ਨਵੇਂ ਲੈਂਦੇ ਸਾਡਾ ਤੇਲ ਹੀ ਕੱਢ ਕੇ ਰੱਖ ਦੇ। ਇਸਕੇ ਉੱਪਰ ਜਿਤਨਾ ਟੈਕਸ ਲਾਗੂ ਹੋਗਾ ਵੋ ਸਾਰਾ ਹਮੇ ਸੇ ਨਹੀਂ ਆਵਾਮ ਮੇ ਸੇ ਨਿਕਲੇਗਾ। ਪੁਰਾਣਾ ਪਾਕਿਸਤਾਨ ਅੱਛਾ ਤਾਂ ਨਾ, ਨਵੇਂ ਪਾਕਿਸਤਾਨ ਨੇ ਕਿਆ ਦੀਆ ਹੈ? ਲੋਕਾਂ ਕੇ ਰੋਜ਼ਗਾਰ ਖਤਮ ਹੋ ਗਏ ਹੈ, ਸਾਰੀ ਚੀਜ਼ਾਂ ਖਤਮ ਹੋ ਗਈਆਂ, ਕਾਰੋਬਾਰ ਖਤਮ ਹੋ ਗਿਆ। ਸਾਰੇ ਜੋ ਹੈਗੇ ਪਹਿਲੇ ਚੈੱਕਾਂ ਦੇ ਜ਼ਰੀਏ ਸਾਰੀ ਪੇਮੈਂਟ ਹੁੰਦੀ ਸੀ, ਹੁਣ ਕੀ ਖਾ ਕੇ ਹੁਣ ਸਾਰੇ ਕੈਸ਼ ਕਰਦੇ ਪਏ ਨੇ। ਸਰ ਪੁਰਾਣਾ ਪਾਕਿਸਤਾਨ ਤੋਂ ਚੱਲ ਰਿਹਾ ਥਾ ਜੈਸੇ ਤੈਸੇ, ਅਬ ਨਿਆ ਪਾਕਿਸਤਾਨ ਬਿਹਤਰ ਹੈ। ਅਭੀ 2 ਸਾਲ ਹੋਏ, ਅਭੀ ਇੱਕ ਥੋੜ੍ਹਾ 5 ਸਾਲ ਹੈ ਪੂਰਾ ਕਰਨੇ ਦੇ, ਫਿਰ ਕੁਛ ਨਾ ਕੁਛ ਤੋਂ ਸਾਹਮਣੇ ਆਏਗਾ। ਪੁਰਾਣਾ ਪਾਕਿਸਤਾਨ ਅੱਛਾ ਥਾ ਜੀ, ਹਰ ਚੀਜ਼ ਈਜ਼ੀਲੀ ਮਿਲਤੀ ਥੀ, ਸਬਜ਼ੀ ਸਸਤੀ ਥੀ, ਖਾਣਾ ਪੀਣਾ ਸਸਤਾ ਥਾ, ਮਾਮਲਾਤ ਅੱਛੇ ਥੇ, ਕਾਰੋਬਾਰ ਥੇ। ਅਬ ਤੋ ਸੁਬਹ ਸੇ ਦੁਕਾਨੇ ਖੋਲਤੇ ਹੈ, 6-6 ਵਜੇ ਤੱਕ ਬਿਸਮਿਲ੍ਲਾ ਨਹੀਂ ਹੋਤੀ। ਯਾਰਾ ਜੀ, ਪੁਰਾਣਾ ਹੀ ਸਹੀ ਸੀ, ਇਹ ਤਾਂ ਨਵੇਂ ਲੈਂਦੇ ਸਾਡਾ ਤੇਲ ਹੀ ਕੱਢ ਕੇ ਰੱਖ ਦਿੱਤਾ। ਇੱਥੇ ਲਾਈਨਾਂ ਲੱਗੀਆਂ ਹੋਣੀਆਂ ਸੀਆਂ, ਕੰਮ ਇਤਨਾ ਸੀ ਕਿ ਕੋਈ ਹਿਸਾਬ। ਹੁਣ ਤਾਂ ਪੈਟਰੋਲ ਹੀ ਨਹੀਂ ਵਾਰਾ ਖਾਣਾ, ਪੈਟਰੋਲ ਹੀ ਇਤਨਾ ਮਹਿੰਗਾ ਹੋਇਆ ਕਿ ਯਕੀਨ ਕਰੋ ਇਧਰੋਂ ਪਵਾਓ ਤਾਂ ਖਤਮ ਹੋ ਜਾਣਾ। ਯਾਰ ਅਸੀਂ ਹੈਰਾਨ ਹਾਂ ਕਿ ਕਿਹੜਾ ਕੰਮ ਹੋ ਰਿਹਾ ਯਾਰ। ਸਰ ਪਾਕਿਸਤਾਨ ਤੋਂ ਵਹੀ ਹੈ, ਇਹ ਤੋਂ ਇਹ ਲੋਕ ਆ ਕੇ ਇਸਕੋ ਚੇਂਜ ਕਰ ਦਿੱਤੇ ਹੈ। ਦੂਸਰਾ ਇਹ ਹੈ ਕਿ ਪਹਿਲੇ ਪਾਕਿਸਤਾਨ ਮੇਂ ਹਕੂਮਤ ਸੇ ਪਹਿਲੇ ਬਹੁਤ ਸਸਤ ਪਾਈ ਥੀ, ਆਧੋ ਆਧ ਪੈਟਰੋਲ ਕਾ ਫਰਕ ਪੜਾ ਹੈ, ਆਧੋ ਆਧ ਸੋਨੇ ਕਾ ਫਰਕ ਪੜਾ ਹੈ, ਆਧੋ ਆਧ ਡਾਲਰ ਕਾ ਫਰਕ ਪੜਾ ਹੈ, ਕਿ ਮਹਿੰਗਾਈ ਕੀ ਇੰਤਹਾ ਹੋ ਗਈ। ਔਰ ਇਸ ਮਰੀ ਰੋਡ ਪੇ ਆਪ ਯਕੀਨ ਮਾਨੇ ਕਿ ਇਸ ਟਾਈਮ ਮਾਲਕ ਬੈਠੇ ਹੈ, ਜੋ ਕਿਰਾਏਦਾਰ ਥੇ ਵੋ ਭਾਗ ਗਏ ਹੈ, ਵੋ ਕਿਰਾਇਆ ਦੇ ਹੀ ਨਹੀਂ ਸਕਤੇ। ਜਿਨ ਦੁਕਾਨੋਂ ਕਾ 80,000 ਰੁਪਇਆ ਕਿਰਾਇਆ ਥਾ ਵੋ ਆਜ 40,000 50,000 ਰੁਪਏ ਮਹੀਨੇ ਲੱਗ ਰਹੀ, ਔਰ ਵੋ ਖਾਲੀ ਪੜੀ ਹੈ ਬਿਲਕੁਲ। ਪੁਰਾਣਾ ਪਾਕਿਸਤਾਨ ਵਜ੍ਹਾ? ਬਸ ਪੁਰਾਣਾ ਪਾਕਿਸਤਾਨ ਠੀਕ। ਪੁਰਾਣਾ ਪਾਕਿਸਤਾਨ ਉਸਕੀ ਵਜ੍ਹਾ ਕਿਆ? ਇਹ ਮਹਿੰਗਾਈ ਹੈ ਉਸਤਾਦ, ਇਹ ਵਜ੍ਹਾ। ਨਿਆ ਹੀ ਪਾਕਿਸਤਾਨ ਸਰ, ਪੁਰਾਣਾ ਇਹ ਕੀ ਪਾਕਿਸਤਾਨ ਹੈ, ਪੁਰਾਣੇ ਵਾਲਾ ਵੋ ਬੰਦਾ ਜਾ ਰਿਹਾ, ਇਹ ਕੀ ਪਾਕਿਸਤਾਨ ਹੈ। ਹਾਂਜੀ ਪੁਰਾਣਾ ਜੀ, ਨਿਆ ਨਹੀਂ ਚਾਹੀਏ। ਵਜ੍ਹਾ ਕਿਆ? ਮਹਿੰਗਾਈ ਆਪਕੀ ਸਾਹਮਣੇ ਹੈ ਸਰ ਚੀਜ਼ਾਂ ਜੀ। ਮੈਂ ਤਾਂ ਕਹਿਤਾ ਹੂੰ ਪੁਰਾਣਾ ਪਾਕਿਸਤਾਨ ਬੈਸਟ ਹੈ ਜੀ, ਨਏ ਮੇਂ ਤੋ ਹਮੇਂ ਕੁਛ ਸਮਝ ਨਹੀਂ ਆ ਰਹੀ, ਇਸਮੇਂ ਤੋ ਹਮੇਂ ਬਹੁਤ ਤੰਗੀ ਹੋ ਰਹੀ ਹੈ, ਨਏ ਹਮਾਰੇ ਬਸ ਸੇ ਬਾਹਰ ਹੋ ਗਿਆ ਹੈ, ਕਿ ਇਤਨੀ ਮਹਿੰਗਾਈ, ਇਤਨੀ ਚੀਜ਼ਾਂ ਹਮੇਂ ਸਮਝ ਨਹੀਂ ਆ ਰਹੀ। ਪੁਰਾਣਾ ਪਾਕਿਸਤਾਨ ਭਾਈ, ਨਯਾ ਕੁਛ ਵੀ ਨਹੀਂ ਹੈ, ਪੁਰਾਣਾ ਬਹੁਤ ਬਿਹਤਰ ਥਾ। ਪੁਰਾਣਾ ਪਾਕਿਸਤਾਨ ਬਿਹਤਰ ਥਾ, ਨਯਾ ਪਾਕਿਸਤਾਨ ਮੇਂ ਤੋ ਬਿਲਕੁਲ ਹੱਥ ਬਿਲਕੁਲ ਹਮਾਰੇ ਟਾਈਟ ਹੋ ਗਏ ਹੋਵੇ, ਕਾਰੋਬਾਰ ਬਿਲਕੁਲ ਬੰਦ ਹੋ ਗਿਆ ਹੋਵੇ, ਔਰ ਬਹੁਤ ਪਰੇਸ਼ਾਨੀ ਮੇਂ ਗੁਜ਼ਰ ਬਸਰ ਹੋ। ਯਾਰ ਬਸ ਅੱਲਾ ਬਿਹਤਰ ਕਰ ਲੇ, ਪਾਕਿਸਤਾਨ ਤਾਂ ਪੁਰਾਣਾ ਅੱਛਾ ਥਾ, ਅਬ ਇਸ ਵਕਤ ਹਾਲ ਬਹੁਤ ਖਰਾਬ ਹੈ। ਪੁਰਾਣਾ ਠੀਕ ਹੈ ਯਾਰ। ਕੈਸੇ ਠੀਕ? ਵੈਸੇ ਠੀਕ ਹੈ ਕਿ ਮਹਿੰਗਾਈ ਤੋਂ ਨਹੀਂ ਤੇ ਨਵਾਜ਼ ਸ਼ਰੀਫ ਕੇ ਦੌਰ ਮੇਂ ਯਾਰ, ਖੁਸ਼ਹਾਲੀ ਥੀ, ਆਵਾਮ ਖੁਸ਼ ਥਾ, ਲੋਕ ਖੁਸ਼ ਥੇ, ਕਾਰੋਬਾਰ ਥਾ, ਅਬ ਤੋ ਕੁਛ ਵੀ ਨਹੀਂ ਹੈ। ਹਰ ਚੀਜ਼ ਮੇਂ ਮਹਿੰਗਾਈ ਬੜ ਗਈ ਹੈ, ਜੇ 100 ਰੁਪਏ ਕਾ ਵਿਕਤਾ ਥਾ, ਅਬ 250 ਕਾ ਵਿਕ ਰਿਹਾ ਹੈ, ਕਿਉਂਕਿ ਇਹ ਨਿਆ ਪਾਕਿਸਤਾਨ ਹੈ। ਇਸਕੇ ਉੱਪਰ ਜਿਤਨਾ ਟੈਕਸ ਲਾਗੂ ਹੋਗਾ ਵੋ ਸਾਰਾ ਹਮੇ ਸੇ ਨਹੀਂ ਆਵਾਮ ਮੇਂ ਸੇ ਨਿਕਲੇਗਾ। ਪੁਰਾਣਾ ਹੀ ਠੀਕ ਹੈ। ਵਜ੍ਹਾ? ਕਿਉਂਕਿ ਨਵੇਂ 'ਚ ਬੜਾ ਕੋਈ ਨਜ਼ਰ ਆ ਰਿਹਾ, ਪਤੀਸਾ ਅਸੀਂ 100 ਰੁਪਏ ਕਿਲੋ ਮਿਲਦਾ ਸੀ ਸਾਨੂੰ, 160 ਰੁਪਏ ਕਿਲੋ ਮਿਲ ਰਿਹਾ, ਅਤੇ ਗਾਹਕ ਆਉਂਦਾ 150 ਨਹੀਂ ਲਾਉਣਾ ਹੈਗਾ, ਕਿੱਥੋਂ ਕਮਾਉਣਾ ਨੇ? ਘਰ ਛੱਡਿਆ ਹਕੂਮਤ ਨੇ, ਉਹ ਪੁਰਾਣਾ ਹੀ ਠੀਕ। ਪੁਰਾਣਾ ਪਾਕਿਸਤਾਨ ਠੀਕ ਤਾਂ, ਨਿਆ ਪਾਕਿਸਤਾਨ ਨਹੀਂ ਠੀਕ। ਵਜ੍ਹਾ? ਮਹਿੰਗਾਈ ਬਹੁਤ ਹੈ, ਹਰ ਤਰਫ ਬੇਰੁਜ਼ਗਾਰੀ ਹੈ, ਕਾਰੋਬਾਰ ਖਤਮ, ਕਾਰੋਬਾਰ ਜੋ ਹੈ ਵੋ ਖਤਮ ਹੋਇਆ ਹੈ। ਪੁਰਾਣਾ ਪਾਕਿਸਤਾਨ ਵਜ੍ਹਾ? ਕਾਰੋਬਾਰ ਨਹੀਂ ਹੈ ਨਾ, ਖਰਚੇ ਜ਼ਿਆਦਾ ਹੈ, ਕਿਰਾਇਆ ਜ਼ਿਆਦਾ ਹੈ, ਕੰਮ ਨਹੀਂ ਹੈ। ਸਰ ਜੀ ਪੁਰਾਣਾ ਪਾਕਿਸਤਾਨ। ਵਜ੍ਹਾ? ਵਜ੍ਹਾ ਤਬਦੀਲੀ, ਤਬਦੀਲੀ, ਤਬਦੀਲੀ ਆਈ ਤਾਂ ਕੋਈ ਨਹੀਂ ਹੈ, 14 ਸਾਲ 14 ਮਹੀਨੇ ਹੋ ਗਏ ਨੇ, ਕੋਈ ਇੱਕ ਵੀ ਕੰਮ ਕੀਤਾ ਹੋਵੇ ਨਾ ਆਵਾਮ ਦੇ, ਆਵਾਮ ਵਾਸਤੇ, ਗਰੀਬ ਆਵਾਮ ਵਾਸਤੇ, ਅਤੇ ਬੰਦਾ ਕਹਿੰਦਾ ਵਜ੍ਹਾ, ਇਹ ਵਜ੍ਹਾ। ਪੁਰਾਣਾ ਪਾਕਿਸਤਾਨ ਹੀ ਅੱਛਾ ਤਾਂ, ਨਵਾਂ ਪਾਕਿਸਤਾਨ ਕਿੱਧਰ ਸੇ ਅੱਛਾ ਹੋਗਾ ਭਾਈ? ਆਪਕੇ ਸਾਹਮਣੇ ਮਹਿੰਗਾਈ ਕਿਤਨੀ ਹੈ, ਸ਼ੋਪ ਪੇ ਕੋਈ ਕਸਟਮਰ ਵੀ ਨਹੀਂ ਹੈ, ਹਰ ਚੀਜ਼ ਮਹਿੰਗੀ ਮਿਲ ਰਹੀ ਹੈ। ਨਿਆ ਵੀ ਬਿਹਤਰ ਹੈ ਵੈਸੇ ਕਾਫੀ ਹੱਦ ਤੱਕ, ਲੇਕਿਨ ਕੁਛ ਚੀਜ਼ਾਂ ਹੈ ਇਸ ਵਿੱਚ ਚੇਂਜ ਹੋਣੇ ਵਾਲੀ। ਕਿਆ ਚੀਜ਼ ਹੈ? ਮਤਲਬ ਟੈਸਟ ਆ, ਯਾਨੀ ਕਿ ਬਾਕੀ ਕਾਫੀ ਸਾਰੇ ਇਸ਼ੂਜ਼ ਆ, ਯਾਨੀ ਕਿ ਇੱਕਦਮ ਸਾਰੀ ਚੀਜ਼ਾਂ ਡਾਲ ਦੇਣ ਉਹਨੇ, ਯਾਨੀ ਕਿ ਆਵਾਮ ਪੇ ਸਲੋ ਸਲੋ ਕਰਤੇ ਤੋਂ ਬੈਟਰ ਹੋਤਾ ਉਸ। ਭਾਈ ਜੀ ਨਿਆ ਪਾਕਿਸਤਾਨ ਕਿਆ, ਮੈਂ ਪੁਰਾਣਾ ਹੀ ਠੀਕ ਹੈ, ਵੋ ਬਿਹਤਰ ਥਾ, ਇਸ ਸੇ ਬਹੁਤ ਬਿਹਤਰ ਥਾ ਵੋ।